ਗੱਲ ਕਰੀਏ ਰੂਸ ਨੂੰ ਨਾਥ ਪਾਉਣ ਦੀ ਤਾਂ ਉਸ ਤੇ ਵਾਸਤੇ ਬਹੁਤ ਸਾਰੇ ਤਰੀਕੇ ਅਪਣਾਏ ਜਾ ਰਹੇ ਆ ਅਮਰੀਕਨ ਰਾਸ਼ਟਰਪਤੀ ਜੋ ਬਾਈਡਨ ਕਹਿੰਦੇ ਵੀ ਅਸੀਂ ਕੰਧ ਦੇ ਨਾਲ ਲਾਇਆ ਹੋਇਆ ਹੁਣ ਰੂਸ ਦੇ ਰਾਸ਼ਟਰਪਤੀ ਪੋਤਨ ਉਹਦੇ ਕੋਲ ਕੋਈ ਰਾਹ ਹੈ ਨਹੀਂਗਾ ਹਰੇਕ ਪਾਸਿਓ ਉਹਦੀ ਨਿਖੇਦੀ ਹੋ ਰਹੀ ਹੈ ਦੁਨੀਆ ਦੇ ਨਾਲ ਕੁਆਟਾਫ ਹੋ ਗਿਆ ਆ ਪੈਸੇ ਤੇ ਲੈ ਲੋ ਵੀ ਕੰਮ ਤੰਗ ਹੋ ਗਿਆ ਪਾਬੰਦੀਆਂ ਬਹੁਤ ਲੱਗ ਗਈਆਂ ਹੁਣ ਅਜਿਹੇ ਹਾਲਾਤ ਦੇ ਵਿੱਚ ਉਸ ਕੋ ਚਾਰਾ ਇਹੀ ਬਚਿਆ ਵੀ ਉਹ ਅਗਲੀ ਯੁੱਧ ਨੀਤੀ ਅਪਣਾਵੇ ਜਿਹਦੇ ਤਹਿਤ ਕੈਮੀਕਲ ਹਥਿਆਰ ਜਿਹੜੇ ਆ ਉਹ ਵਰਤੇ ਜਾ ਸਕਦੇ ਆ ਪਰ ਨਾਲ ਹੀ ਉਹਨੇ ਇੱਕ ਨਿਰਾਸ਼ਾ ਜ਼ਾਹਿਰ ਕੀਤੀ ਹੈ ਕਿ ਸਾਡੇ ਦੋਸਤ ਆ ਕਹਿੰਦੇ ਉਹ ਨਹੀਂ ਸਾਡੇ ਨਾਲ ਪੂਰੀ ਤਰ੍ਹਾਂ ਖੜ੍ਹ ਰਹੇ ਤੇ ਉਹਨਾਂ ਨੇ ਨਾਂ ਲੈ ਕੇ ਭਾਰਤ ਦੀ ਗੱਲ ਕੀਤੀ ਹੈ ਕਹਿੰਦੇ ਭਾਰਤ ਜਦੋਂ ਗੱਲ ਆਉਂਦੀ ਹੈ ਵੀ ਰੂਸ ਦੇ ਉੱਤੇ ਕੋਈ ਐਕਸ਼ਨ ਲੈਣਾ ਤਾਂ ਭਾਰਤ ਢਾਵਾ ਡੋਲ ਹੋ ਜਾਂਦਾ ਉਹ ਕਹਿੰਦੇ ਹੱਲਾ ਕਿ ਜਿਹੜਾ ਕੁਆਡ ਬਣਾਇਆ ਜਿਹਦੇ ਵਿੱਚ ਭਾਰਤ ਅਮਰੀਕਾ ਜਾਪਾਨ ਆਸਟ੍ਰੇਲੀਆ ਦੇ ਮੁਲਕ ਸ਼ਾਮਲ ਆ ਵੀ ਤਾਂ ਕਿ ਚੀਨ ਨੂੰ ਹੇਠਾਂ ਪਾਣੀਆਂ ਦੇ ਵਿੱਚ ਸਾਊਥ ਚਾਈਨਾ ਸੀ ਚ ਕੰਟਰੋਲ ਕੀਤਾ ਜਾ ਸਕੇ ਉੱਥੇ ਦੀ ਭੂਮਿਕਾ ਬੜੀ સારੂ ਰਹਿੰਦੀ ਆ ਪਰ ਹੁਣ ਜਾਪਾਨ ਤੇ ਆਸਟ੍ਰੇਲੀਆ ਦਾ ਰੂਸ ਦੇ ਮਾਮਲੇ 'ਚ ਖੁੱਲ ਕੇ ਸਾਡੇ ਨਾਲ ਪਰ ਭਾਰਤ ਜਿਹੜਾ ਆ ਖੁੱਲ ਕੇ ਬੋਲ ਨਹੀਂ ਰਿਹਾ ਦਾਵਾ ਡੋਲ ਆ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਭਾਰਤ ਦੀ ਹਾਲਤ ਜਿਹੜੀ ਆ ਸੱਪ ਦੇ ਮੂੰਹ 'ਚ ਕੂੜ ਘਰ ਲਈ ਵਾਲੀ ਆ ਕਿਉਂਕਿ ਦੋਵੇਂ ਉਹਦੇ ਮਿੱਤਰ ਆ ਅਮਰੀਕਾ ਦੇ ਨਾਲ ਉਹਦੇ ਪਰਮਾਣੂ ਸਮਝੌਤੇ ਹੋਏ ਹੋਏ ਆ ਅਮਰੀਕਾ ਤੋਂ ਬਹੁਤ ਸਾਰਾ ਵਪਾਰ ਉਹ ਲੈਣ ਦੇਣ ਕਰ ਰਿਹਾ ਰੂਸ ਤੋਂ ਨੇ ਬਹੁਤ ਵੱਡਾ ਜਿਹੜਾ ਅ ਡਿਫੈਂਸ ਸਿਸਟਮ ਆ ਮਿਸਲ ਡਿਫੈਂਸ ਸਿਸਟਮ ਜਿਹਨੂੰ ਕਿ S400 ਕਹਿੰਦੇ ਆ ਚੀਨ ਦੀਆਂ ਮਿਜ਼ਾਈਲਾਂ ਤੋਂ ਬਚਾਅ ਕਰਨ ਲਈ ਉਹ ਬਹੁਤ ਵੱਡੀ ਗਿਣਤੀ ਚ ਖਰੀਦਿਆ ਆ ਨਾਲ ਦੀ ਨਾਲ ਰੂਸ ਨੂੰ ਆਰਥਿਕ ਮਦਦ ਦੇਣ ਵਾਸਤੇ ਹੁਣੇ ਕਈ ਮਿਲੀਅਨ ਬੈਰਲ ਜਿਹੜਾ ਕਰੂਡ ਆਇਲ ਵੀ ਜਿਹੜਾ ਉਹ ਤੋਂ ਖਰੀਦਿਆ ਗਿਆ ਆ ਸੋ ਅਮਰੀਕਾ ਚਾਹੁੰਦਾ ਆ ਕਿ ਭਾਰਤ ਰੂਸ ਤੋਂ ਨਾਰਾ ਕਰੇ ਪਰ ਭਾਰਤ ਦੀ ਹਾਲਤ ਇਸ ਵੇਲੇ ਬਣੀ ਹੋਈ ਹੈ ਕਿ ਰੂਸ ਨੂੰ ਛੱਡ ਨਹੀਂ ਸਕਦਾ ਸੋ ਹੁਣ ਗਾਹਾਂਗਾ ਜਾਬਦਾ ਹੈ ਕਿ ਦੁਨੀਆ ਦੇ ਵਿੱਚ ਹਾਲਾਤ ਹੋਰ ਵੀ ਬਦਲਨੇ ਆ ਜਿਉਂ-ਜਿਉਂ ਭਾਰਤ ਨੇ ਰੂਸ ਦੇ ਨਾਲ ਖੜਨਾ ਅਮਰੀਕਾ ਨੇ ਹੌਲੀ-ਹੌਲੀ ਭਾਰਤ ਨਾਲ ਨਾਰਾਜ਼ ਹੋਣਾ ਕੈਨੇਡਾ ਨੇ ਨਾ ਹੋਣਾ ਇਹਨਾਂ ਪੱਛਮੀ ਮੁਲਕਾਂ ਨੇ ਹੋਣਾ ਸੋ ਆਪੋ ਆਪਣੇ ਹਿੱਤ ਦੇਖੇ ਜਾਣੇ ਆ ਇਹ ਆਲਵੇਜ ਇਹ ਰਹਿੰਦਾ ਆ ਤਸਾਂ ਵੀਆਂ ਸਾਲਾਂ ਬਾਅਦ ਜਿਹੜੇ ਪੁਰਾਣੇ ਦੋਸਤ ਹੁੰਦੇ ਆ ਦੁਸ਼ਮਣ ਬਣ ਜਾਂਦੇ ਆ ਜਿਹੜੇ ਦੁਸ਼ਮਣ ਹੁੰਦੇ ਆ ਦੋਸਤ ਬਣ ਜਾਂਦੇ ਆ ਇਹ ਇਹ ਜਿਹੜੀ ਪੋਲਰਾਈਜੇਸ਼ਨ ਆ ਮੁਲਕਾਂ ਦੀ ਹੁੰਦੀ ਰਹਿੰਦੀ ਹੈ ਤੇ ਇੱਕ ਵਾਰੀ ਫਿਰ ਲੱਗ ਰਿਹਾ ਆ ਕਿ ਅਮਰੀਕਾ ਤੇ ਭਾਰਤ ਦੇ ਸਬੰਧ ਜਿਹੜੇ ਆ ਉਹ ਨਾਰਾਜ਼ਗੀ ਵੱਲ ਨੂੰ ਵਧ ਰਹੇ ਆ ਭਾਰਤ ਨੇ 20 ਸਾਲ ਲਾ ਕੇ ਪਰਮਾਣੂ ਸੰਧੀਆਂ ਜਿਹੜੀਆਂ ਆ ਉਹ ਜੋਰਜ ਬੋਸ਼ ਦੇ ਵੇਲੇ ਉਸ ਤੋਂ ਬਾਅਦ ਦੇ ਵਿੱਚ ਬਿਲ ਕਲਿੰਟਨ ਵੇਲੇ ਵੀ ਬਾਹਾਮਾ ਵੇਲੇ ਵੀ ਜਿਹੜੀਆਂ ਸਾਈਨ ਕੀਤੀਆਂ ਪਰ ਇਹਨਾਂ ਸੰਧੀਆਂ ਨੂੰ ਬੂਰ ਨਹੀਂ ਪਾਇਆ ਸਕਿਆ ਤੇ ਕੰਮ ਹੱਲੇ ਤੱਕ ਵੀ ਨਹੀਂ ਗਾਂ ਵੱਲ ਸਕਿਆ ਕਿਉਂਕਿ ਬਹੁਤ ਸਾਰੇ ਅੜਿੱਕੇ ਜਿਹੜੇ ਅਸਦੇ ਵਿੱਚ ਸੀਗੇ ਤੇ ਉੱਪਰੋਂ ਹੋਣਾ ਸਿੱਧਾ ਹੀ ਕੰਮ ਆ ਹੋ ਗਿਆ ਕਿ ਰੂਸ ਯੂਕਰੇਨ ਯੁੱਧ ਦੇ ਵਿੱਚ ਭਾਰਤ ਰੂਸ ਦੀ ਸਾਈਡ ਲੈ ਰਿਆ ਜਿਸ ਕਰਕੇ ਅਮਰੀਕਾ ਨਾਰਾਜ਼ ਚੱਲਿਆ ਆ ਰਿਹਾ ਤੇ ਕਹਿ ਰਿਹਾ ਕਿ ਜਿਹੜੇ ਲੋਕ ਸਾਡੇ ਨਾਲ ਸਾਥ ਨਹੀਂ ਦੇਣਗੇ ਜਿਹੜੇ ਮੁਲਕ ਸਾਡੇ ਨਾਲ ਨਹੀਂ ਖੜਨਗੇ ਉਹਨਾਂ ਦੇ ਨਾਲ ਵੀ ਉਵੇਂ ਪਾਬੰਦੀਆਂ ਦਾ ਨਾਲ ਨਜੱਠਿਆ ਜਾਊਗਾ ਸੋ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨਾਲ ਦੀ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ